ਹੈਲੋ ਦੋਸਤੋ ਪੰਜਾਬ ਅੰਦਰ ਇੱਕ ਨਵਾਂ ਰਿਕਰੂਟਮੈਂਟ ਆ ਚੁੱਕੀ ਹੈ ਜੀ ਇਹ ਆਫਲਾਈਨ ਭਰਤੀ ਹੈਗੀ ਆ ਤੁਸੀਂ ਇਹਦੇ ਫਾਰਮ ਜਾਂ ਤਾਂ ਡਾਕ ਰਾਹੀਂ ਭੇਜ ਸਕਦੇ ਹੋ ਜਾਂ ਈਮੇਲ ਆਈਡੀ ਤੁਸੀਂ ਉੱਥੇ ਭੇਜ ਸਕਦੇ ਹੋ ਤੇ ਇਹ ਹੈ ਕਿ ਆਪਾਂ ਦੱਸਾਂ ਕਿ ਕਿਹੜੀ ਵੈਕੈਂਸੀ ਹੈ ਕਿੰਨੀਆਂ ਵੈਕੈਂਸੀਆਂ ਨੇ ਕਿਹੜੇ-ਕਿਹੜੇ ਮਨਕੀ ਕੈਟਾਗਰੀ ਨੂੰ ਮਨਕੀ ਪੋਸਟਾਂ ਮਿਲੀਆਂ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਇਹਦਾ ਪੀਡੀਐਫ ਦਾ ਲਿੰਕ ਸਾਡੇ ਟੈਲੀਗ੍ਰਾਮ ਗਰੁੱਪ ਤੇ ਮਿਲ ਜਾਊਗਾ ਡਿਸਕ੍ਰਿਪਸ਼ਨ ਬਾਕਸ ਤੇ ਤੇ ਵੈਸੇ ਹੈ ਕਿ ਕੱਲ ਦੀ ਅਖਬਾਰ ਤੇ ਵੀ ਆਇਆ ਵਾ 2 ਨਵੰਬਰ ਦੀ ਖ਼ਬਰ ਤੇ ਐਡਵਰਟਾਈਜ਼ਮੈਂਟ ਹੈ ਦੀ ਤੇ ਕਿਸੇ ਨੂੰ ਵੀ ਨੋਟਿਸ ਚਾਹੀਦਾ ਉਹ ਇਹ ਲੈ ਸਕਦਾ ਵਾ ਬਾਕੀ ਇਹਨਾਂ ਦੀ ਵੈਬਸਾਈਟ ਤੇ ਵੀ ਜਾ ਕੇ ਤੁਸੀਂ ਇਹ ਪੀਡੀਐਫ ਲੈ ਸਕਦੇ ਹੋ ਤੇ ਇਹ ਆ ਕਿ ਕੱਲ ਨੂੰ ਨੋਟੀਫਿਕੇਸ਼ਨ ਆਇਆ ਵਾ ਤੁਸੀਂ 16 ਤਰੀਕ ਤੱਕ ਫਾਰਮ ਭੇਜ ਸਕਦੇ ਹੋ ਜੀ ਡਾਕ ਰਾਹੀਂ ਬਾਕੀ ਕਿ ਤੁਸੀਂ ਈਮੇਲ ਆਈ ਈਮੇਲ ਆਈਡੀ ਦੱਸੀ ਹੋਈ ਉਹਨਾਂ ਤੇ ਤੇ ਤੁਸੀਂ ਈਮੇਲ ਆਈਡੀ ਤੇ ਵੀ ਆਪਣਾ ਮਿਲਗੀ ਪਰਫਾਰਮਾ ਵਗੈਰਾ ਭਰ ਕੇ ਆਪਣੇ ਡਾਕੂਮੈਂਟ ਭੇਜ ਸਕਦੇ ਹੋ ਸਾਰੇ ਕੁਝ ਹੀ ਤਾਂ ਜਿਹੜੀ ਇਹ ਤਾਂ ਅੰਗਰੇਜ਼ੀ ਵਿੱਚ ਵੀ ਨਾਂ ਦੱਸ ਦੇਣਾ ਜਿਹੜਾ ਨਹੀਂ ਪੰਜਾਬੀ ਵਿੱਚ ਪਤਾ ਲੱਗਦਾ ਤੇ ਪੰਜਾਬੀ ਜਗ ਹੈ ਜੀ ਇਹਦਾ ਖਰਾਕ ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਵਿਭਾਗ ਪੰਜਾਬ ਤੇ ਅੰਗਰੇਜ਼ੀ ਵਿੱਚ ਇਹਨੂੰ ਕਹਿੰਦੇ ਡਿਪਾਰਟਮੈਂਟ ਆਫ ਫੂਡ ਸਿਵਲ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਪੰਜਾਬ ਅਫੇਅਰਸ ਪੰਜਾਬ ਤੇ ਚਾਰ ਵੈਕੈਂਸੀਆਂ ਨੇ ਜੀ ਇਹਦੇ ਇੱਕ ਸ਼ੈਡਿਊਲ ਕਾਸਟ ਨੂੰ ਜਾਂਦੀ ਆ ਜੀ ਇੱਕ ਸ਼ੈਡਿਊਲਡ ਸਟ੍ਰਾਈਬ ਮਤਲਬ ਕਿ ਐਸ ਸੀ ਐਸ ਟੀ ਤੇ ਜਰਨਲ ਨੂੰ ਠੀਕ ਆ ਜੀ ਬਾਕੀ ਕੈਟਾਗਰੀ ਨੂੰ ਕਿਸੇ ਨੂੰ ਪੋਸਟ ਨਹੀਂ ਦਿੱਤੀ ਕਿ ਚਾਰ ਪੋਸਟਾਂ ਨੇ ਇਹਨਾਂ ਵਿੱਚੋਂ ਚਾਹਵਾਂ ਪੋਸਟਾਂ ਵਿੱਚ ਦੋ ਕੁੜੀਆਂ ਰੱਖਣੀਆਂ ਨੇ ਦੋ ਮੁੰਡੇ ਰੱਖਣੇ ਆ ਜੀ ਠੀਕ ਆ ਜੀ ਤੇ ਇਹਦਾ ਦੱਸਿਆ ਹੈ ਕਿ 4 ਮੈਂਬਰ ਠੀਕ ਹੈ ਇਨਫ ਚਾਰ ਮੈਂਬਰ ਚੁਣਨੇ ਆ ਜੀ ਕੋਈ ਪੇਪਰ ਨਹੀਂ ਉਹਨਾਂ ਦਾ ਇੰਟਰਵਿਊ 베ਸ ਹੋਣਾ ਵਾ ਜਿਹੜੇ ਜਿਹਨਾਂ ਡਾਕੂਮੈਂਟ ਭੇਜੇ ਜਾਣਗੇ ਉਹਨਾਂ ਚੋਂ ਦੇਖਣਗੇ ਕਿ ਕਿਹਨਾਂ ਨੂੰ ਬੁਲਾਉਣਾ ਉਹਨਾਂ ਨੇ ਤਾਂ ਲਿਸਟ ਵਗੈਰਾ ਪਾ ਦੇਣਗੇ ਜਾਂ ਤਾਂ ਫੋਨ ਜਾਂ ਕੁਝ ਵੀ ਕਰ ਦੇਣਗੇ ਈਮੇਲ ਐਡਰੈਸ ਤਾਂ ਹੀ ਭੇਜ ਦੇਣਗੇ ਤਾਂ ਉਹਨਾਂ ਨੇ ਹੀ ਮਿਲ ਕੇ ਇੰਟਰਵਿਊ ਲਈ ਜਾਣਾ ਵਾ ਤੇ ਜੇ ਮਨਲਾ ਕਿਸੇ ਨੇ ਆਪਣੀ ਡਾਕ ਰਹੀਂ ਆਪਣੇ ਡਾਕੂਮੈਂਟ ਭੇਜਣੇ ਆ ਠੀਕ ਹੈ ਜੀ ਤਾਂ ਉਹ ਇਹਨਾਂ ਦਾ ਐਡਰੈਸ ਹੈ ਗੱਲ ਜੀ 10 ਦਾ ਦਾ ਆਫਿਸ ਆਫ ਸੈਕਟਰੀ ਆਫ ਫੂਡ ਡਿਸਟ੍ਰੀਬਿਊਸ਼ਨ ਸਪਲਾਈਸ ਐਨ ਕੰਜ਼ਿਊਮਰ ਅਫੇਅਰਸ ਪੰਜਾਬ ਨਾਜ਼ ਭਵਨ ਸੈਕਟਰ 39 ਸੀ ਚੰਡੀਗੜ੍ਹ ਠੀਕ ਹੈ ਜੀ 16 ਨਵੰਬਰ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਪਹੁੰਚਣੇ ਚਾਹੀਦੇ ਨੇ ਤੇ ਜਿਹੜੇ ਆਪਣੇ ਡਾਕੂਮੈਂਟ ਆਪਣੀ ਈਮੇਲ ਈਮੇਲ ਆਈਡੀ ਰਾਹੀਂ ਵੀ ਭੇਜ ਸਕਦੇ ਹੋ ਜੀ ਇਹਨਾਂ ਆਪਣੀ ਈਮੇਲ ਆਈਡੀ ਦੱਸਿਓ ਐਸਟੈਬਲਿਸ਼ਡ 1.fcs@punjab.government.in ਠੀਕ ਹੈ ਜੀ ਇਹਦੇ ਵੀ ਤੁਸੀਂ ਭੇਜ ਸਕਦੇ ਹੋ ਜੋ ਲੇਡੀ ਬਾਲਿਆ ਜਿੰਨਾਂ ਤੋਂ ਮਿਲ ਗਈ ਡਿਗਰੀ ਹੈਗੀ ਬਾਕੀ ਕੀ ਕੀ ਡਿਗਰੀ ਚਾਹੀਦੀ ਉਹ ਤੁਹਾਨੂੰ ਦੱਸਾਂਗਾ ਜੀ ਠੀਕ ਹੈ ਜੀ ਤੇ ਜੇ ਤੁਹਾਡੇ ਕੋਈ ਸਰਟੀਫਿਕੇਟ ਵਿਜਲ ਟੈਕਨੋਲੋਜੀ ਹੋਵੇਗਾ ਠੀਕ ਹੈ ਉਹੀ ਦਾ ਮਲੇ ਤੇ ਬਾਕੀ ਨਹੀਂ ਤੁਸੀਂ ਆਹ ਵੈਬਸਾਈਟ ਤੇ ਜਾ ਕੇ ਪਰਫਾਰਮਾ ਵੀ ਲੈ ਸਕਦੇ ਹੋ ਜੀ ਪਰਫਾਰਮਾ ਵੀ ਤੁਹਾਨੂੰ ਮਿਲ ਜੂਗਾ ਇਸੇ ਵੀਡੀਓ ਦੇ ਅੰਦਰ ਤੇ ਪਰਫਾਰਮਾ ਤੁਹਾਨੂੰ ਪਰਫਾਰਮਾ ਲੈ ਜਾਣਾ ਪਰਫਾਰਮਾ ਇਹ ਤਾਂ ਦਾ ਤੁਸੀਂ ਭਾਣਾ ਵਜੇ ਆਫਲਾਈਨ ਵੀ ਪੀ ਡਾਗ ਰਾਈਂ ਵੇਚਣਾ ਤਾਂ ਤੁਸੀਂ ਲਿਖ ਦੇਣਾ ਜੀ ਨੇਮ ਆਪਣੇ ਲਿਖਣਾਗਾ ਫਾਦਰ ਨੇਮ ਜੇ ਕੁੜੀ ਆ ਮੈਰਿਡ ਆ ਤਾਂ ਹਸਬੰਡ ਨੇਮ ਦੇਖੋਗੇ ਨਹੀਂ ਤਾਂ ਫਾਦਰ ਦਾ ਨੇਮ ਹੀ ਲਿਖੋਗੀ ਆਪਣਾ ਨੰਬਰ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਆਪਣੀ ਦੂਜਾ ਡੇਟ ਆਫ ਬਰਥ ਪੰਜਵੇਂ ਤੇ ਆਪਣਾ ਐਡਰੈਸ ਛੇਵੇਂ ਤੇ ਵੀ ਐਡਰੈਸ ਆ 사이ਡ ਤੇ ਤੁਸੀਂ ਫੋਟੋ ਲਾਉਣੀ ਨਾਲ ਇਹਨੂੰ ਟੈਸਟਡ ਕਰਨਾ ਠੀਕ ਹੈ ਜੀ ਤੇ ਇਹ ਹੈ ਕਿ ਸੱਤਵੇਂ ਨੰਬਰ ਤੇ ਤੁਸੀਂ ਆਪਣੀ ਇਨਕਮ ਲਿਖਣੀ ਹੈ ਜੀ ਠੀਕ ਹੈ ਜੀ ਜੇ ਕੋਈ ਨਹੀਂ ਕੰਮ ਕਰਦੇ ਹੋ ਅੱਠਵੇਂ ਨੰਬਰ ਤੇ ਕੁਆਲੀਫਿਕੇਸ਼ਨ ਜੇ ਐਕਸਪੀਰੀਅੰਸ ਹੈਗਾ ਤੁਸੀਂ ਦੱਸ ਦੇਣਾ ਵਾ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਦੱਸਿਆ ਹੈ ਤੇ ਇਹ ਹੈ ਕਿ ਐਗਰੀਕਲਚਰ ਲਾ ਹੈ ਹਿਊਮਨ ਰਾਈਟਸ ਸੋਸ਼ਲ ਸਰਵਿਸ ਜੇ ਜਿਹਦਾ ਨੋ ਐਕਸਪੀਰੀਅੰਸ ਹੈਗਾ ਉਹ ਚ ਤੁਸੀਂ ਟਿਕਾ ਲਾ ਲੋਗੇ ਥੱਲੇ ਉਹਦੇ ਬਾਅਦ ਦੱਸੋਗੇ ਨਾਲ ਤੁਹਾਨੂੰ ਐਕਸਪੀਰੀਅੰਸ ਦਾ ਸਰਟੀਫਿਕੇਟ ਵੀ ਲਾਉਣਾ ਪੈਣਾ ਵਾ ਜਿਹੜਾ ਜਿਹੜਾ ਤੁਹਾਨੂੰ ਮਿਲ ਗਿਆ ਉੱਥੇ ਪ੍ਰੂਫ ਦਿੰਦੇ ਆ ਕਿ ਤੁਹਾਡਾ ਐਕਸਪੀਰੀਅੰਸ ਹੈਗਾ ਵਾ ਕੰਮ ਦਾ ਤੁਹਾਡੀ ਐਨੂਅਲ ਇਨਕਮ ਕਿੰਨੀ ਆਲ ਸੋਰਸ ਜਿੰਨੇ ਤੁਹਾਡੇ ਤੋਂ ਆ ਗਏ ਨੇ ਠੀਕ ਆ ਜੇ ਤੁਸੀਂ ਆਪਣੀ ਕੋਈ ਟਨ ਧਾਰਦੇ ਹੋ ਦੀ ਦੱਸੋਗੇ ਪੈਨ ਕਾਰਡ ਆਧਾਰ ਕਾਰਡ ਕੈਟਾਗਰੀ ਦੱਸੋਗੇ ਠੀਕ ਆ ਜੀ ਉਸ ਤੋਂ ਬਾਅਦ ਸਾਈਨ ਤੇ ਡੇਟ ਤੇ ਬਾਕੀ ਜਿਹੜੀਆਂ ਤੁਸੀਂ ਡਾਕੂਮੈਂਟ ਕਾਪੀਆਂ ਭੇਜੀਆਂ ਪ੍ਰੂਫ ਦੀਆਂ ਮਣਕੀ ਇਹ ਦੀ ਇਹ ਕੁਆਲੀਫਿਕੇਸ਼ਨ ਉਹ ਐਕਸਪੀਰੀਅੰਸ ਇਨਕਮ ਮਣਕੀ ਜੋ ਵੀ ਅਟੈਚ ਕਰਨਾ ਉਹ ਸਾਰੀਆਂ ਹੀ ਟੈਸਟਡ ਕਰਕੇ ਭੇਜਣੀ ਤੁਸੀਂ ਤੇ ਜਿਹੜੀ ਐਪਲੀਕੇਸ਼ਨ ਤੁਸੀਂ ਭੇਜਣੀ ਆ ਆਂਦੇ ਕੀ ਐਪਲੀਕੇਸ਼ਨ ਮਣਕੀ ਫੈਕਸ ਜਾਂ ਜਿਹੜੀ ਤੁਸੀਂ ਉਹਦਾ ਇੰਵਰੈਡ ਭੇਜੋਗੇ ਨਾ ਜੋ ਲੇਟ ਪਹੁੰਚਦੀ ਆ ਜਾਂ ਉਹ ਤਾਂ ਤੁਸੀਂ ਇਹ ਡਾਗ ਨਹੀਂ ਭੇਜਦੇ ਉਹ ਅਸੈਪਟ ਨਹੀਂ ਕੀਤੀ ਜਾਣੀ ਤੇ ਤੁਸੀਂ ਆ ਸਰਫ ਡੈਕਲੇਰੇਸ਼ਨ ਇੱਕ ਭਰ ਕੇ ਭੇਜਣਾ ਜੀ ਠੀਕ ਆ ਜੀ ਫਾਦਰ ਨੇਮ ਹਸਬੰਦ ਦਾ ਸਾਰਾ ਕੁਝ ਇਹ ਕੀ ਤੁਸੀਂ ਸਾਈਨ ਕਰਦੇ ਨੇ ਤੇ ਜੋ ਵੀ ਇਹਦਾ ਇਤਿਹਾਸ ਤੁਸੀਂ ਪੜ੍ਹ ਲੈਣੀਆਂ ਵਾ ਤੇ ਬਾਕੀ ਗੱਲ ਕਰਦੇ ਆ ਕਿ ਜਿਹੜਾ ਨੇ ਹੁਣੇ ਮੰਦਾਸੀ ਤੱਕ 12 ਜਦ ਵਿੱਚ ਚਾਹੀਦਾ ਉਹਦੇ ਵਿੱਚ ਤੁਹਾਨੂੰ ਡਿਗਰੀ ਚਾਹੀਦੀ ਆ ਤੇ ਇਹਦੇ ਵਿੱਚ ਹੈ ਕਿ ਆਪਾਂ ਦੇਖ ਸਕਦੇ ਹੋ ਤੁਸੀਂ ਕਿ ਤੁਹਾਨੂੰ ਐਕਸਪੀਰੀਅੰਸ ਹੋਵੇ ਤੇ ਨਾ ਤਾਂ ਡਿਗਰੀ ਹੋਵੇ ਜੀ ਐਗਰੀਕਲਚਰ ਲਾਜ ਹਿਊਮਨ ਰਾਈਟਸ ਸੋਸ਼ਲ ਸਰਵਿਸ ਮੈਨੇਜਮੈਂਟ ਐ ਨਿਊਟ੍ਰੀਸ਼ਨ ਹੈਲਥ ਐਂਡ ਪੋਲਿਸੀ ਪਬਲਿਕ ਐਡਮਿਨਿਸਟ੍ਰੇਸ਼ਨ ਠੀਕ ਆ ਜੀ ਇਹਨਾਂ ਵਿੱਚ ਚਾਹੀਦਾ ਤੁਹਾਡੇ ਤੋਂ ਤੇ ਬਾਕੀ ਕੀ ਤੁਹਾਡੇ ਤੋਂ ਇਹਦੀ ਗੱਲ ਕਰਦੇ ਆਂ ਕਿ 65 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਆ ਕਿ ਇਹਦੀ ਵਧੀਆ ਗੱਲ ਹੈ ਕਿ ਜੇ ਤੁਹਾਡਾ ਐਕਸਪੀਰੀਅੰਸ ਹੈਗਾ ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਆ ਤੇ ਜੇ ਤੁਹਾਡੀ ਡਿਗਰੀ ਆਵਲੀ ਹੈਗੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਵੀ ਆਪਣੇ ਤੋਂ ਹੀ ਡਾਕੂਮੈਂਟ ਭੇਜ ਕੇ ਅਪਲਾਈ ਕਰ ਸਕਦੇ ਹੋ ਜਾਂ ਤੁਸੀਂ ਡਾਕ ਰਾਹੀਂ ਭੇਜ ਸਕਦੇ ਹੋ ਆਪਣੀ ਐਪਲੀਕੇਸ਼ਨ ਬਾਕੀ ਕਿਸੇ ਗੱਲ ਦਾ ਨਾਮ ਪਤਲ ਕੇ ਪੁੱਛ ਸਕਦੇ ਹੋ ਜੀ ਤੇ ਇਹ ਪੀਡੀਐਸ ਸਾਡੇ ਟੈਲੀਗ੍ਰਾਮ ਗਰੁੱਪ ਤੇ ਮਿਲ ਜੂ ਤੁਹਾਨੂੰ ਤੇ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਵਾ